ਜਾਬ ਦੇ ਵਿੱਚ ਵਾਪਰੀ ਇੱਕ ਅਜਿਹੀ ਅਨੋਖੀ ਘਟਨਾ ਜਿਸ ਨੂੰ ਵੇਖ ਕੇ ਰਾਤੋਂ ਰਾਤ ਖਾਲੀ ਹੋ ਗਿਆ ਇਹ ਪੂਰਾ ਪਿੰਡ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਗਏ ਨੇ ਇਹ ਲੋਕ ਸੱਚਾ ਕਾਲ ਤੁਸੀਂ ਜੁੜੇ ਹੋ ਸਾਡੇ ਚੈਨਲ ਦੇ ਨਾਲ ਜੋ ਗੱਲ ਅੱਜ ਵੇਲੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਪੰਜਾਬ ਦੇ ਵਿੱਚ ਐਸੀ ਅਨੋਖੀ ਘਟਨਾ ਵਾਪਰ ਰਹੀ ਹੈ ਜਿਸ ਨੂੰ ਵੇਖ ਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਅੱਜ ਅਸੀਂ ਆਪਣੇ ਘਰ ਛੱਡਣ ਨੂੰ ਮਜਬੂਰ ਹੋ ਗਏ ਆ ਤੇ ਦੂਸਰੀ ਥਾਹਾਂ ਤੇ ਜਾ ਕੇ ਸਾਨੂੰ ਰਹਿਣਾ ਪੈ ਰਿਹਾ ਸਾਡੇ ਇੰਨੇ ਮਹਿੰਗੇ ਘਰ ਜਿਨ੍ਹਾਂ ਨੂੰ ਬਣਾਉਣ ਤੇ ਅਸੀਂ ਇੰਨੇ ਪੈਸੇ ਖਰਚ ਕੀਤੇ ਪਰ ਅੱਜ ਅਸੀਂ ਉਸ ਘਰ ਦੇ ਵਿੱਚ ਹੀ ਨਹੀਂ ਰਹਿ ਪਰ ਸਿਰਫ ਤੇ ਸਿਰਫ ਇੱਕ ਪੇੜ ਦੇ ਕਾਰਨ ਆਖਿਰਕਾਰ ਕੀ ਹੋਇਆ ਅਜਿਹਾ ਕਿ ਲੋਕ ਆਪਣੇ ਘਰ ਨੂੰ ਛੱਡਣ ਨੂੰ ਮਜਬੂਰ ਹੋ ਗਏ ਨੇ ਤੇ ਤੁਹਾਨੂੰ ਦੱਸਦੇ ਆ ਕਿ ਪੰਜਾਬ ਦਾ ਇੱਕ ਪਿੰਡ ਜਿੱਥੇ ਕੀ ਪਿੰਡ ਦੇ ਵਿੱਚ ਇੱਕ ਬਰੋਟੀ ਦਾ ਪੇੜ ਹੈ ਤੇ ਉਹ ਬਰੋਟੀ ਦਾ ਪੇੜ ਇੰਨਾ ਕਿ ਜ਼ਿਆਦਾ ਮਜ਼ਬੂਤ ਹੈ ਉਸ ਨੂੰ ਕਈ ਸਾਲ ਹੋ ਗਏ ਨੇ ਉਸੇ ਥਾਂ ਤੇ ਕਿਹਾ ਜਾਂਦਾ ਹੈ ਕਿ ਉਸ ਦੀਆਂ ਜਿਹੜੀਆਂ ਜੜਾਂ ਹੈ ਉਹ ਪਿੰਡ ਵਾਸੀਆਂ ਦੇ ਘਰਾਂ ਦੇ ਵਿੱਚ ਜਾਂਦੀਆਂ ਨੇ ਤੇ ਜੜਾਂ ਦੇ ਕਾਰਨ ਪਿੰਡ ਵਾਸੀਆਂ ਦੇ ਜਿਹੜੇ ਘਰ ਨੇ ਉਹ ਟੁੱਟਣੇ ਸ਼ੁਰੂ ਹੋ ਗਏ ਨੇ ਦਿਵਾਰਾਂ ਟੁੱਟਣ ਲੱਗ ਗਈਆਂ ਉਹਨਾਂ ਦੀ ਜ਼ਮੀਨ ਜਿਹੜੀ ਹੈ ਉਹ ਵੀ ਖਰਾਬ ਹੋਣ ਲੱਗ ਗਈ ਹੈ ਜਿਸ ਕਾਰਨ ਪਿੰਡ ਵਾਸੀ ਪਹਿਲਾਂ ਹੀ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਤੇ ਲਗਾਤਾਰ ਕਈ ਲੋਕਾਂ ਨੇ ਕੋਸ਼ਿਸ਼ਾਂ ਵੀ ਕੀਤੀਆਂ ਕਿ ਇਸ ਪੇੜ ਨੂੰ ਵੱਡ ਦਿੱਤਾ ਜਾਵੇ ਤੇ ਜਿੰਨੀ ਵਾਰ ਵੀ ਇਸ ਪੇੜ ਨੂੰ ਵੱਡਣ ਦੀ ਕੋਸ਼ਿਸ਼ ਕੀਤੀ ਹੈ ਤੇ ਜੋ ਵੀ ਸ਼ਖਸ ਇਸ ਦੇ ਨਜ਼ਦੀਕ ਜਾਂਦਾ ਹੈ ਉਸ ਦੇ ਨਾਲ ਕੋਈ ਨਾ ਕੋਈ ਮੰਦਪਾਗਾ ਪਾਣਾ ਜ਼ਰੂਰ ਵਾਪਰਦਾ ਕੁਛ ਨਾ ਕੁਛ ਅਜੀਹਾ ਪਰਿਵਾਰ ਦੇ ਵਿੱਚ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਆਪਣਾ ਘਰ ਛੱਡਣ ਨੂੰ ਮਜਬੂਰ ਹੋ ਜਾਂਦਾ ਹੈ ਇਸ ਦੇ ਪਿੱਛੇ ਦੀ ਪੂਰੀ ਕਹਾਣੀ ਵੀ ਤੁਹਾਨੂੰ ਦ ਦਿਆ ਕਿ ਆਖਿਰਕਾਰ ਇਹ ਪੇੜ ਕਿਸ ਤਰ੍ਹਾਂ ਇੱਥੇ ਆਇਆ ਤੇ ਇੱਕ ਸਮੇਂ ਦੀ ਗੱਲ ਹੈ ਜਦ ਇਸ ਪੇੜ ਦੀ ਥਾਂ ਤੇ ਇੱਕ ਮਹਾਪੁਰਸ਼ ਰਿਆ ਕਰਦੇ ਸੀ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਦੁਨੀਆਦਾਰੀ ਦੀ ਬਹੁਤ ਸਮਝ ਸੀ ਤੇ ਉਹ ਜ਼ਿੰਦਗੀ ਦੇ ਵਿੱਚ ਜੋ ਵੀ ਕੁਝ ਦੱਸਦੇ ਸੀ ਉਹ ਸੱਚ ਜ਼ਰੂਰ ਹੁੰਦਾ ਸੀ ਇੱਕ ਸਮੇਂ ਦੀ ਗੱਲ ਹੈ ਕਿ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਵਿੱਚ ਕਿਸੇ ਚੀਜ਼ ਦੀ ਵੀ ਕਮੀ ਨਹੀਂ ਸੀ ਅਮੀਰ ਪਰਿਵਾਰ ਸੀ ਉਹ बस ਕਮੀ ਇੱਕ ਸੀ ਕਿ ਉਸ ਪਰਿਵਾਰ ਦੇ ਘਰ ਕੋਈ ਔਲਾਦ ਨਹੀਂ ਸੀ ਵਿਆਹ ਨੂੰ ਕਈ ਸਾਲ ਹੋ ਗਏ ਸੀ ਪਤੀ ਪਤਨੀ ਪਰੇਸ਼ਾਨ ਸੀ ਕਿੰਨੇ ਸਾਲ ਬੀਤਨ ਮਗਰੋਂ ਵੀ ਉਹਨਾਂ ਦੇ ਘਰ ਦੇ ਵਿੱਚ ਕੋਈ ਔਲਾਦ ਨਾ ਹੋਏ ਤੇ ਉਹ ਕਾਫੀ ਜ਼ਿਆਦਾ ਦੁਖੀ ਰਹਿੰਦੇ ਸੀ ਇੱਕ ਦਿਨ ਦੀ ਗੱਲ ਹੈ ਕਿ ਜਦ ਪਤੀ ਦੇ ਵੱਲੋਂ ਜੰਗਲ ਦੇ ਵਿੱਚ ਜਾਇਆ ਜਾ ਰਿਹਾ ਸੀ ਤੇ ਉਸਨੇ ਵੇਖਿਆ ਕਿ ਉੱਥੇ ਇੱਕ ਮਹਾਪੁਰਖ ਬੈਠੇ ਨੇ ਤੇ ਉਹਨਾਂ ਦੇ ਕੋਲ ਜਾ ਕੇ ਉਹ ਆਪਣੀ ਹੱਦਬਿੱਤੀ ਦੱਸਣ ਲੱਗ ਗਿਆ ਕਹਿਣ ਲੱਗਾ ਕਿ ਮੇਰੇ ਨਾਲ ਇਹ ਸਭ ਹੋ ਰਿਹਾ ਹੈ ਮੇਰੇ ਕੋਲ ਪੈਸਾ ਹੈ ਹਰ ਚੀਜ਼ ਹੈ ਘਰ ਦੇ ਵਿੱਚ ਹਰ ਸੁੱਖ ਸਹੂਲਤ ਹੈ ਪਰ ਮੇਰੇ ਘਰ ਕੋਈ ਔਲਾਦ ਨਹੀਂ ਹੈ ਤੇ ਮੈਂ ਚਾਹੁੰਦਾ ਹੈ ਕਿ ਜਲਦ ਤੋਂ ਜਲਦ ਮੇਰੇ ਘਰ ਕੋਈ ਔਲਾਦ ਜ਼ਰੂਰ ਹੋਵੇ ਜਿਸ ਤੋਂ ਬਾਅਦ ਮਹਾਪੁਰਖ ਆਖਦੇ ਨੇ ਕਿ ਮੈਂ ਤੈਨੂੰ ਇੱਕ ਚੀਜ਼ ਦਵਾਂਗਾ ਤੋ ਬਸ ਆਪਣੀ ਪਤਨੀ ਨੂੰ ਕਹਿਣਾ ਹੈ ਕਿ ਉਹ ਚੀਜ਼ ਦਾ ਸੇਵਨ ਕਰ ਲਵੇ ਜਿਸ ਤੋਂ ਬਾਅਦ ਤੁਹਾਡੇ ਘਰ ਔਲਾਦ ਜ਼ਰੂਰ ਹੋਵੇਗੀ ਤੇ ਜੇਕਰ ਤੇਰੀ ਪਤਨੀ ਇਹ ਖਾਣ ਨੂੰ ਮਨਾਂ ਕਰ ਦੇਵੇ ਤਾਂ ਤੂੰ ਵਾਪਸ ਲੈ ਕੇ ਇਸ ਚੀਜ਼ ਨੂੰ ਇੱਥੇ ਹੀ ਦੱਬ ਦੇ ਜਿਸ ਤੋਂ ਬਾਅਦ ਉਹ ਵਿਅਕਤੀ ਮਹਾਪੁਰਖ ਤੋਂ ਚੀਜ਼ ਲੈ ਕੇ ਆਪਣੇ ਘਰ ਨੂੰ ਚਲਾ ਜਾਂਦਾ ਹੈ ਤੇ ਜਦ ਜਾ ਕੇ ਪਤਨੀ ਨੂੰ ਆਖਦਾ ਹੈ ਕਿ ਮੈਂ ਤੇਰੇ ਲਈ ਕੁਝ ਲੈ ਕੇ ਆਇਆ ਮੈਨੂੰ ਮਹਾਪੁਰਖਾਂ ਨੇ ਦਿੱਤਾ ਹੈ ਉਹ ਆਖ ਰਹੇ ਨੇ ਕਿ ਜੇਕਰ ਤੂੰ ਇਸ ਦਾ ਸੇਵਨ ਕਰੇਂਗੀ ਤੇ ਸਾਡੇ ਘਰ ਔਲਾਦ ਜ਼ਰੂਰ ਹੋਵੇਗੀ ਤੇ ਹੁਣ ਜਲਦ ਤੋਂ ਜਲਦ ਤੂੰ ਇਸ ਚੀਜ਼ ਦਾ ਸੇਵਨ ਕਰ ਲੈ ਪਤਨੀ ਅੱਗੇ ਉਹਦੀ ਆਖ ਦਿੰਦੀ ਹੈ ਕਿ ਮੈਨੂੰ ਕਿਸੇ ਤੇ ਵੀ ਯਕੀਨ ਨਹੀਂ ਹੈ ਮੈਂ ਇਸ ਦਾ ਸੇਵਨ ਨਹੀਂ ਕਰਾਂਗੀ ਤੇ ਉਹ ਪਤੀ ਨਿਰਾਸ਼ ਹੋ ਕੇ ਮਹਾਪੁਰਖਾਂ ਦੇ ਕੋਲ ਵਾਪਸ ਆ ਜਾਂਦਾ ਹੈ ਤੇ ਉਹਨਾਂ ਨੂੰ ਆ ਕੇ ਸਾਰੀ ਗੱਲ ਦੱਸਦਾ ਹੈ ਮਹਾਪੁਰਸ਼ ਆਖਦੇ ਨੇ ਕਿ ਤੂੰ ਹੁਣ ਜ਼ਮੀਨ ਦੇ ਵਿੱਚ ਹੀ ਇਸ ਬੀਜ ਨੂੰ ਗਾੜ ਦੇ ਜਿਸ ਤੋਂ ਬਾਅਦ ਇਸ ਬੀਜ ਨੂੰ ਜਦ ਜ਼ਮੀਨ ਦੇ ਵਿੱਚ ਦਫਨ ਕਰ ਦਿੱਤਾ ਜਾਂਦਾ ਹੈ ਤੇ ਕੁਝ ਸਮੇਂ ਬਾਅਦ ਹੀ ਉੱਥੇ ਇੱਕ ਪੇੜ ਉੱਗਣਾ ਸ਼ੁਰੂ ਹੋ ਜਾਂਦਾ ਹੈ ਅੱਜ ਦੇ ਸਮੇਂ ਦੇ ਵਿੱਚ ਉਸ ਪੇੜ ਨੇ ਕਾਫੀ ਵੱਡਾ ਆਕਾਰ ਲੈ ਲਿਆ ਹੈ ਉਹ ਪੇੜ ਬਰੋਟੀ ਦਾ ਪੇੜ ਹੈ ਜਿਹੜਾ ਕਿ ਹੁਣ ਪਿੰਡ ਵਾਸੀਆਂ ਦੇ ਘਰਾਂ ਦੇ ਵਿੱਚ ਜੜਾ ਫਿਲਾੰਦਾ ਹੋਇਆ ਨਜ਼ਰ ਆ ਰਿਹਾ ਤੇ ਉਸ ਦੀਆਂ ਨਾ ਇੰਨੀਆਂ ਕਿ ਜ਼ਿਆਦਾ ਵੱਧ ਰਹੀਆਂ ਨੇ ਕਿ ਲੋਕਾਂ ਦੇ ਘਰ ਆਪਣੇ ਆਪ ਟੁੱਟਣ ਨੂੰ ਮਜਬੂਰ ਹੋ ਗਏ ਨੇ ਤੇ ਲੋਕ ਇੰਨੇ ਜ਼ਿਆਦਾ ਪਰੇਸ਼ਾਨ ਨੇ ਕਿ ਆਖਿਰਕਾਰ ਇਸ पेड़ ਨੂੰ ਕਿਸ ਤਰੀਕੇ ਜਿਹੜਾ ਹੈ ਵੱਡ ਦਿੱਤਾ ਜਾਵੇ ਕਈਆਂ ਨੇ ਕੋਸ਼ਿਸ਼ਾਂ ਵੀ ਕੀਤੀਆਂ ਜਿਸ ਵੀ ਦੇ ਨਾਲ ਵੀ ਇਸ ਨੂੰ ਤੜਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਫਰਕ ਨਾ ਪਿਆ ਪੇੜ ਉਂਝਦਾ ਉਂਝ ਹੀ ਖਲੋਤਾ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਇਸ ਪੇੜ ਦੀ ਕਾਫੀ ਜ਼ਿਆਦਾ ਮਾਨਤਾ ਵੀ ਬਣ ਗਈ ਹੈ ਲੋਕ ਦੂਰੋਂ ਦੂਰੋਂ ਇਸ ਪੇੜ ਨੂੰ ਵੇਖਣ ਦੇ ਲਈ ਜ਼ਰੂਰ ਆਉਂਦੇ ਨੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਚੈਨਲ ਦੇ ਨਾਲ ਜੁੜੇ ਰਹੋ